ਚੌੜੀਆਂ ਮਹੱਲਾ ਕੋਟਕਪੂਰਾ ਸਬ ਡਿਵੀਜ਼ਨ ਜ਼ਿਲ੍ਹਾ ਫਰੀਦਕੋਟ ਵਿੱਚ ਰਾਤ ਦੇ ਲੇਟ ਨਾਈਟ ਪ੍ਰੋਗਰਾਮ ਚੱਲ ਰਿਹਾ ਸੀ ਜਾਗੋ ਦਾ। ਜਿਹੜੇ ਲੜਕੇ ਫਾਇਰਿੰਗ ਕਰਨ ਆਏ ਸੀ ਉਹ ਬਠਿੰਡਾ ਪਹਿਲਾਂ ਐਡਮਿਟ ਹੋਇਆ ਹੋਸਪਿਟਲ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਕਾਲਜ 'ਚ ਰੈਫਰ ਕੀਤਾ ਗਿਆ। ਜਿਹੜੇ ਜਿਹੜੇ ਵਿਅਕਤੀਆਂ ਨੇ ਆ ਕੇ ਇੱਥੇ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕਰ ਦਿੱਤਾ, ਨੈਕਸਟ ਤਫਤੀਸ਼ ਚੱਲ ਰਹੀ ਹੈ। ਅੰਕੁਸ਼ ਨਾਂ ਦਾ ਲੜਕਾ ਅਰੋੜਾ ਪਹਿਲਾਂ ਵੀ ਕਾਫ਼ੀ ਕੇਸ ਰਜਿਸਟਰ ਹੋਏ ਆ ਇਸ ਗਰੁੱਪ ਦਾ, ਅਤੇ ਜਿਹੜੇ ਲੜਕੇ ਗੁਰਲਾਲ ਗਰੁੱਪ ਆਏ ਸੀਗੇ ਫਾਇਰਿੰਗ ਕਰਨ, ਜਿਨ੍ਹਾਂ ਨੇ ਦੱਸਿਆ ਕਿ ਕੋਈ ਭੋਲਾ ਸ਼ੂਟਰ ਨਾਂ ਦਾ ਵਿਅਕਤੀ ਵੱਲੋਂ ਉਹਨਾਂ ਨੂੰ ਕਾਲ ਕੀਤੀਆਂ ਜਾ ਰਹੀਆਂ ਸੀਗੀਆਂ ਅਤੇ ਇਸ ਅਟੈਕ ਕਰਨ ਲਈ, ਉਹ ਅਸੀਂ ਸਾਰੀ ਤਫਤੀਸ਼ ਕਰ ਰਹੇ ਹਾਂ ਇਸ ਗਰੁੱਪ ਲਈ। ਦੋਨੋਂ ਗਰੁੱਪ ਆਪਸ 'ਚ ਗੁੰਡਾਗਰਦੀ ਹੋਈ ਹੈ, ਫਾਇਰਿੰਗ ਹੋਈ ਹੈ, ਦੋਨੋਂ ਸਾਈਡਸ ਤੋਂ ਹੋਈ ਹੈ। ਦੋਨੇ ਗਰੁੱਪ ਦੇ ਵਿਅਕਤੀ ਫੱਟੜ ਨੇ, ਜਿਨ੍ਹਾਂ ਵਿੱਚੋਂ ਇੱਕ ਲਵਪ੍ਰੀਤ ਦੀ ਡੈਥ ਹੋ ਚੁੱਕੀ ਹੈ, ਬਾਕੀ ਹੋਸਪਿਟਲ 'ਚ ਐਡਮਿਟ ਨੇ। ਜੋ ਵੀ ਇਹਨਾਂ ਦੇ ਵਿੱਚ ਹੋਰ ਵੀ ਬੰਦੇ ਇਨਵੋਲਵ ਹੁੰਦੇ ਆ ਜਾਂ ਸਾਹਮਣੇ ਆਉਂਦੇ ਉਹਨਾਂ ਦੇ ਅਗੇਂਸਟ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਵਿਆਹ 'ਤੇ ਗਿਆ ਸੀਗਾ ਜੀ, ਮਾਰਨ ਉੱਥੇ ਕਿਸੇ ਹੋਰ ਨੂੰ ਆਏ ਸੀਗੇ, ਵੱਜ ਗਈਆਂ ਮੇਰੇ ਨਾਲ। ਕਾਹਦੇ 'ਤੇ ਆਏ ਸੀ ਤੁਹਾਨੂੰ ਪਤਾ ਲੱਗਾ ਕੁਛ? ਪਤਾ ਨਹੀਂ ਜੀ ਮੈਨੂੰ, ਮੈਂ ਘਰੇ ਸੀਗਾ ਜੀ। ਅਤੇ ਇਹਦੇ 'ਚ ਜਿਹੜੀ ਗੋਲੀ ਵੱਜੀ ਉਹ ਕਹਿੰਦੇ ਵੱਜੀ ਹੈ? ਮੇਰੇ ਬੇਟੇ ਦੇ ਜੀ। ਕੀ ਨਾਂ ਕਿਸ ਨਾਂ? ਲਵਪ੍ਰੀਤ ਵਰਮਾ। ਉਹਦੀ ਕੀ ਹੁਣ ਮਤਲਬ ਕੀ ਪੁਜੀਸ਼ਨ ਆ? ਉਹਨੇ ਹੈੱਡ ਆ ਜੀ। ਅਤੇ ਇੱਕ ਹੋਰ ਵੀ ਦੱਸਿਆ ਜਾਂਦਾ ਕਿ ਇੱਕ ਲੜਕੇ ਦੀ ਹੋਰ ਵੀ ਗੋਲੀ ਵੱਜੀ ਆ? ਉਹ ਤਾਂ ਪਤਾ ਨਹੀਂ ਗਾ, ਉਹਦੇ ਵੀ ਵੱਜੀਆਂ ਗੋਲੀਆਂ ਤਾਂ ਉਸਦੇ ਵੀ ਵੱਜੀਆਂ ਜੀ। ਹਾਂਜੀ, ਉਹਦੀ ਕਿਵੇਂ ਹਾਲਤ ਹੁਣ? ਉਹਦਾ ਵੀ ਸੀਰੀਅਸ ਹੀ ਆ ਕੰਮ ਜੀ। ਕੀ ਮਾਹੌਲ ਕੀ ਸੀਗਾ, ਕੀ ਪ੍ਰੋਗਰਾਮ ਚੱਲ ਰਿਹਾ ਸੀਗਾ? ਵਿਆਹ ਦਾ ਸੀਗਾ ਜੀ। ਅੱਛਾ, ਤੁਹਾਡੇ ਆਪਦੇ ਸੀਗਾ? ਹਾਂ, ਆਪਣੇ ਆਪਦੇ ਚ ਹੀ ਸੀਗਾ। ਅੱਛਾ, ਕਾਰਨ ਕੀ ਹੋਇਆ, ਕਿਉਂ? ਇਹਦਾ ਤਾਂ ਹੁਣ ਕੀ ਕਹਿ ਸਕਦੇ ਹਾਂ ਜੀ, ਉਹ ਬੰਦਿਆਂ ਦਾ ਉਹਨਾਂ ਨੂੰ ਪਤਾ ਹੋਊ ਜਿਹਨੂੰ ਮਾਰਨ ਆਏ ਸੀਗੇ। ਉਹਨਾਂ ਦੀ ਪਹਿਲਾਂ ਰੰਜਿਸ਼? ਪਹਿਲਾਂ ਰੰਜਿਸ਼ ਸੀਗੀ ਉਹਨਾਂ ਦੀ। ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜੀ? ਇਹ ਵੇਖਦੇ ਹਾਂ ਹੁਣ, ਪਾਪਾ ਗੱਲ ਕਰਨਗੇ ਜੀ।